बिस्मिल्लाह रहमान रहीम। अल्लाह पाक तेरा शुक्र कर दे हैं। नवाज साहब, मैं इतना चीज़ दिखाना चाहनी हूँ टांगे ते। बड़ी देर बाद मैं टांगा देख रही हूँ और जिस शख्स नूं मैं देख रही हूँ इतने मेरी और मेरे बच्चों की भी बड़िया यादा वाबस्ता है वा। अच्छा, ते आए उन्होंने कोई गलबात करिए और अपनिया यादा ताज़ा करिए। मैनू नहीं सी पता कि जिदे पिछे जिदे नाल असी सफर किया वा वह मजदूर भी है, क्योंकि कभी ऐसा मौका ही नहीं आया। अस्सलाम वालेकुम जी। ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ? ਇੱਥੇ ਆ ਜਾਓ ਇਸ ਬੰਨੇ। ਆਪਣਾ ਕੀ ਨਾਮ ਜੀ? ਮੁਹੰਮਦ ਹੁਸੈਨ। ਮੁਹੰਮਦ ਹੁਸੈਨ, ਤੇ ਕਿੰਨੀ ਉਮਰ ਜੀ? ਸਾਰੀ ਕੁਛ 70 72 73 ਸਾਲ ਦੀ। ਅੱਛਾ, 70 ਸਾਲ ਦੇ ਕੋਈ। ਤੇ ਇਹ ਟਾਂਗਾ ਕਿੰਨੀ ਦੇਰ ਦਾ ਚਲਾ ਰਹੇ ਜੀ? 50 ਸਾਲ ਤੋਂ। ਓ, 50 ਸਾਲ ਹੋ ਗਏ ਨੇ। ਇਹ ਤੇ ਮੈਨੂੰ ਪਤਾ, ਲੇਕਿਨ ਮੈਂ ਤੁਹਾਡੇ ਮੂੰਹੋਂ ਕਹਿਲਵਾਉਣਾ ਚਾਹੁੰਦੀ ਸਾਂ, ਮੈਂ ਵੀ ਤੁਹਾਡੇ ਨਾਲ ਅਕਸਰ ਸਫ਼ਰ ਕੀਤਾ ਹੈ। ਅੱਛਾ। ਹਾਂਜੀ, ਮੈਂ ਆਪਣੇ ਬੱਚਿਆਂ ਨੂੰ ਲੈ ਕੇ, ਜਦੋਂ ਮੇਰੇ ਬੱਚੇ ਕੋਈ 12-13 ਸਾਲ ਦੇ ਜਾਂ 8 ਸਾਲ ਦੇ ਸੀ ਨਾ, ਅਤੇ ਮੈਂ ਇਸ ਟਾਂਗੇ ਦਾ ਆਪਣੇ ਬੱਚਿਆਂ ਨੂੰ ਲੈ ਕੇ ਤੁਹਾਡੇ ਨਾਲ ਅਕਸਰ ਸਫ਼ਰ ਕਰਦੀ ਸਾਂ, ਕਿ ਮੇਰੀ ਸਿਸਟਰ ਰਹਿੰਦੀ ਸੀ, ਮੈਂ ਟਾਂਗਿਆਂ 'ਤੇ ਉੱਥੇ ਆਪਣੀ ਸਿਸਟਰ ਕੋਲ ਜਾਂਦੀ ਸਾਂ। ਮੇਰੀਆਂ ਯਾਦਾਂ ਬੜੀਆਂ, ਮੇਰੇ ਬੱਚਿਆਂ ਦੀਆਂ ਯਾਦਾਂ ਬਹੁਤ ਆ ਤੁਹਾਡੇ ਨਾਲ। ਤੇ ਬੜੀ ਮੈਨੂੰ ਮਤਲਬ ਹੈਰਾਨਗੀ ਹੋ ਰਹੀ ਹੈ ਕਿ ਇੰਨੀ ਦੇਰ ਦੇ ਤੁਸੀਂ ਜਿਹੜਾ ਨਾ ਟਾਂਗਾ ਚਲਾ ਰਹੇ ਜੇ। ਅੱਗੇ ਕਿਸੇ ਦੇ ਹੱਥ ਫਲਾਣਾ ਨਹੀਂ ਚਾਹੁੰਦਾ। ਨਹੀਂ, ਤੇ ਤੁਸੀਂ ਹੁਣ ਤੇ ਟਾਂਗੇ ਦਾ ਜ਼ਮਾਨਾ ਹੀ ਨਹੀਂ ਹੈ। ਨਹੀਂ ਜੀ, ਬਸ ਇੱਦਾਂ ਹੀ ਅੱਲਾ ਦੇ ਦਿੰਦਾ। ਨਹੀਂ ਨਹੀਂ, ਮਤਲਬ ਕਿ ਤੁਸੀਂ ਟਾਂਗੇ ਨੂੰ ਛੋੜ ਕੇ ਤੁਸੀਂ ਜਦੀਦ ਤਰੱਕੀ ਵੱਲ ਕਿਉਂ ਨਹੀਂ ਗਏ, ਜਿਸ ਤਰ੍ਹਾਂ ਅੱਜ ਕੱਲ੍ਹ ਰਕਸ਼ੇ ਆ, ਲੋਡਰ ਰਕਸ਼ੇ ਆ, ਸਵਾਰੀ ਵਾਲੇ ਰਕਸ਼ੇ ਆ? ਮੈਂ ਇਸ ਚੀਜ਼ ਤੋਂ ਮੈਂ ਕਦੀ ਕਹਿ ਕੀਤਾ ਹੀ ਨਹੀਂ। ਮੈਨੂੰ ਇਹ ਜਿਹੜਾ ਵਾ ਇਹਦੇ 'ਤੇ ਮੈਂ ਠੀਕ। ਅੱਛਾ, ਇਹ ਮੈਨੂੰ ਸਾਰੇ ਕੰਮਾਂ ਦਾ ਸਹਾਰਾ। ਤੇ ਕਿਆ ਤੁਹਾਡੀ ਜਿਹੜੀ ਆ ਆਪਣਾ ਇਹਦੇ ਤੋਂ ਆਪਣਾ ਰੋਜ਼ਗਾਰ ਜਿਹੜਾ ਵਾ, ਤੁਹਾਡੀ ਮੁਸ਼ਕਲਾਂ ਇਸ ਤੋਂ ਦੂਰ ਹੋਈ ਆ? ਮਾਲਕ ਦੇ ਹੀ ਜਾਂਦਾ। ਮਾਲਕ ਦੇ ਹੀ ਜਾਂਦਾ, ਹਕੀਕਤ ਆ ਕਿ ਮਾਲਕ ਦੇ ਹੀ ਜਾਂਦਾ ਵਾ। ਔਰ ਇਸ ਮਜ਼ਦੂਰੀ ਦੇ ਬਾਵਜੂਦ ਤੁਸੀਂ ਹੁਣ ਤੱਕ ਟਾਂਗਾ ਚਲਾ ਰਹੇ ਜੇ? ਮਜ਼ਬੂਰੀਆਂ। ਤੇ ਕਿੰਨੇ ਬੱਚੇ ਜੇ ਤੁਹਾਡੇ? ਮੇਰੇ ਜੀ ਦੋ। ਦੋ ਬੱਚੇ। ਤਾਰਾ ਜੀ ਕਹਿੰਦੇ ਆ, ਯੇ ਪਲ ਦੋ ਪਲ ਕੀ ਬਾਤ ਨਹੀਂ, ਯੇ ਨਿਸਫ ਸਦੀ ਕਾ ਕਿੱਸਾ ਹੈ। ਯੇ ਟਾਂਗਾ ਤੋ ਖਤਮ ਹੋ ਗਿਆ, ਲੇਕਿਨ ਅਬ ਵੀ ਹਮਾਰੇ ਕਲਚਰ ਕਾ ਹਿੱਸਾ ਹੈ। ਹਾਂਜੀ, ਬੜੀ ਗੱਲ ਆ ਤਾਰਾ ਜੀ ਕਿ ਇਸ ਹਾਲਾਤ ਦੇ ਵਿੱਚ ਜਦੋਂ ਕਿ ਚਿੰਗ ਚੀ ਰਕਸ਼ੇ ਨੇ ਟਾਂਗੇ ਦਾ ਵਜੂਦ ਹਮੇਸ਼ਾ ਸੇ ਖਤਮ ਕਰ ਦਿੱਤਾ, ਕਿਸੇ ਸ਼ਹਿਰ 'ਚ ਕੋਈ ਇੱਕ ਦੂਗਾ ਟਾਂਗੇ ਰਹਿ ਗਏ ਨੇ, ਤੇ ਤੁਸੀਂ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਹਾਨੂੰ ਲੋਡਰ ਰਕਸ਼ਾ ਮਿਲ ਜਾਏ ਜਾਂ ਦੂਸਰਾ ਰਕਸ਼ਾ ਮਿਲ ਜਾਏ? ਨਹੀਂ ਜੀ, ਮੇਰਾ ਦਿਲ ਹੀ ਨਹੀਂ ਹੈ। ਕਿਉਂ? ਮੈਂ ਸਪੀਡ ਤੋਂ ਚੱਲੂੰਗਾ, ਮੈਨੂੰ ਇਹਨਾਂ ਦਾ ਪਿਆਰ ਹੈ, ਮੈਂ ਸਾਰੀ ਜ਼ਿੰਦਗੀ ਇਹਨਾਂ ਦੀ ਕਮਾਈ ਖਾਧੀ। ਹਾਏ ਹਾਏ। ਅੱਛਾ, ਮੈਨੂੰ ਇਹ ਦੱਸੋ ਕਿ ਹੁਣ ਸਵਾਰੀਆਂ ਬੈਠ ਜਾਂਦੀਆਂ ਇਹਦੇ ਉੱਪਰ? ਬਹਿ ਜਾਂਦੇ ਆ, ਸ਼ੌਕਰ ਬਹਿ ਜਾਂਦੀਆਂ ਪਿਆਰ ਦੇ ਨਾਲ ਬਹਿ ਜਾਂਦੇ ਆ। ਅੱਛਾ, ਕੋਈ ਉਹਦਾ ਮੇਰਾ ਸਾਥ ਕਰਕੇ ਨਾਲ ਬਹਿੰਦੇ ਆ। ਤੇ ਕਿਤਨੇ ਦੇ ਪੈਸੇ ਰੋਜ਼ ਕਮਾ ਲੈਂਦੇ ਹੋ? ਤੁਹਾਨੂੰ ਗੱਲ ਸੁਣਾਵਾਂ ਇੱਕ ਕਿ ਗੋਜਰਾ ਰੋਡ ਸੀ ਜੀ, ਗੋਜਰਾ ਰੋਡ ਸੀ ਜੀ, ਤੇ ਡਾਕਟਰ ਸਲੀਮ ਦੇ ਹਸਪੀਟਲ ਦੇ ਸਾਹਮਣੇ, ਹਾਂਜੀ ਹਾਂਜੀ, ਇਹ ਘੋੜਾ ਟਾਂਗੇ ਚੋਂ ਨਿਕਲ ਗਿਆ। ਹਾਂਜੀ, ਤੇ ਚੱਲ ਸੋ ਚੱਲ ਜੀ, ਤੇ ਦੁਨੀਆ ਨੇ ਵੇਖਿਆ ਕਿ ਇੱਕ ਮਜ਼ਦੂਰ ਆਦਮੀ ਜਿਹੜਾ ਵਿਸਾਖੀ ਨਾਲ ਭੱਜਾ ਜਾਂਦਾ ਵਾ, ਉਦੋਂ ਰਕਸ਼ੇ ਮੋਟਰਸਾਈਕਲ ਵੀ ਕੋਈ ਸੀ, ਉਦੋਂ ਘੋੜਾ ਭੱਜ ਗਿਆ ਸੀਗਾ, ਘੋੜਾ ਭੱਜ ਗਿਆ, ਤੇ ਹਸਪਤਾਲ ਦੇ ਸਾਹਮਣੇ ਜਾ ਕੇ ਫੜ ਲਿਆ। ਹਾਂ, ਉੱਥੇ ਜਾ ਕੇ ਫੜਿਆ। ਯਾਦ ਆ ਮਜ਼ਦੂਰੀ ਦੇ ਬਾਵਜੂਦ? ਬਿਲਕੁਲ। ਤੇ ਮੈਨੂੰ ਵੀ ਯਾਦ ਆ, ਦੇਖ ਲਓ ਇਸ ਤਰ੍ਹਾਂ ਖੜੋਤੇ ਭੱਜ ਪਿਆ ਸੀ ਘੋੜਾ। ਹਾਂ, ਤੇ ਉਹ ਫਿਰ ਮਗਰ ਮੁੰਡਾ ਮੋਟਰਸਾਈਕਲ ਵਾਲਾ ਲੈ ਕੇ ਮੈਨੂੰ ਗਿਆ। ਇਹ ਭੱਜਿਆ ਕਿਉਂ? ਬਸ ਐਡਾ ਡਰ ਗਿਆ ਖੜੋ। ਅੱਛਾ, ਤੇ ਮਜ਼ਦੂਰੀ ਕਿੱਦਾਂ ਹੋਈ ਸੀ ਲੱਤ ਦੀ? ਮਜ਼ਦੂਰੀ ਜੀ ਮੇਰੀ ਲੱਤ ਤੇ ਗੰਭੀਰ ਹੋ ਗਿਆ। ਅੱਛਾ, ਉਹਦੇ ਨਾਲ ਫਿਰ ਚੱਪਣੀ ਕੱਟੀ ਗਈ। ਅੱਛਾ ਅੱਛਾ, ਓਏ ਹੋਏ, ਇਹ ਜਿਹੜੀ ਚੱਪਣੀ ਨੂੰ ਲੱਗ ਗਈ, ਇਹ ਕਹਿੰਦੇ ਨਾ ਹਾਂਜੀ, ਚੱਪਣੀ ਇਹ ਕੱਟੀ ਗਈ ਸੀ। ਹਾਂ, ਉਹਦੇ ਨਾਲ ਫਿਰ ਨਾ ਘੋੜਾ ਮਰ ਗਿਆ, ਬਸ ਫਿਰ ਅੱਲਾ ਨੇ। ਅੱਛਾ, ਇਹ ਤੁਹਾਨੂੰ ਵਿਰਾਸਤ ਚ ਮਿਲਿਆ ਸੀ? ਕੀ ਜੀ?
अपना रोजगार नहीं जी मैं मेरा शौक ही अच्छा शौक पहला तो मैं शुरू कीता मुड़के मैं छड्या नहीं ये टांगे च किन्ना घोड़ा ताडा ए काफी हो किन्ने क 10-20 घोड़े तक गया तुहानू याद है कि बशीर पेंटर जिहड़ा दा बाप हुंदा सीगा ओह शतरंज खेडदा हुंदा सीगा उत्थे इक वाइस प्रिंसीपल मुहम्मद सैन वी खेलण आउंदा सीगा उत्थे शतरंज दे घोड़े वी हुंदे सीगे घोड़े बदलदे गए बेहतर हो सकता बोलता हूं अच्छा सोना बना देने असि भी चाहने के साडा जेड़ा कल्चर है पहले शुरू वाला चलता फिर रवे लोग याद आंदी रवे चीज के पहले साडा ए सिस्टम सी ए कर देने अल्लाह पाक ने भेजे जे टांगे दे नहीं जे टांगा दे से करवाना टाडा ठीक करवाना नवा बना देना ऐ दी तुसी अपनी कोई जरूरत पूरी कर लेना ठीक है बड़ी मेहरबानी कौन तो चाह कप कप पिलाइए बोला नवी गल सुन ला जी बाद जा कोई भंग पिलाइए अल्लाह हाफिज जी असी टांगे दे बैठांगे हां जी हां ठीक है सर चलो जीने वास्ते रहो अल्लाह हाफिज अल्लाह हाफिज।